ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ, ਮੇਰੇ ਲਹੂ ਦਾ ਕੇਸਰ ਰੇਤੇ 'ਚ ਨਾ ਰਲਾਇਓ। ਤੂੰ ਮਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਵਿਹੜੇ, ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ। ਸਾਡੀ ਬੀਹ ਵਿੱਚ ਚੂੜੀਆਂ ਦਾ ਹੋਕਾ ਦਈਂ ਨਾ ਵੀਰਾ ਬਣ ਜਾ ਰਿਹਾ, ਸਾਡੇ ਪਿੰਡ ਤਾਂ ਸੌਣ 'ਚ ਵੀ ਸੋਕਾ ਦਈਂ ਨਾ ਵੀਰਾ ਬਣ ਜਾ ਰਿਹਾ। ਉੱਚੀ ਹੇਕ ਲਾ ਕੇ ਗਾਉਣ ਵਾਲਾ ਮਹਾਨ ਗੀਤਕਾਰ ਕਵੀ ਅਤੇ ਲੇਖਕ ਸੀ ਸੰਤ ਰਾਮ ਉਦਾਸੀ। ਅੱਜ ਪੰਜਾਬੀ ਰੰਗ ਟੀਵੀ 'ਤੇ ਇਸ ਕ੍ਰਾਂਤੀਕਾਰੀ ਮਹਾਨ ਕਵੀ ਦੀ ਜ਼ਿੰਦਗੀ ਬਾਰੇ ਚਾਨਣਾ ਪਾਵਾਂਗੇ। ਉਦਾਸੀ ਸਾਹਿਬ ਦੀਆਂ ਰਚਨਾਵਾਂ ਪੜ੍ਹ ਕੇ ਹਰ ਇੱਕ ਬੰਦਾ ਉਹਨਾਂ ਦਾ ਦੀਵਾਨਾ ਹੋ ਜਾਂਦਾ ਹੈ। ਉਦਾਸੀ ਸਾਹਿਬ ਨੇ ਸਾਰੀ ਉਮਰ ਮਜ਼ਦੂਰਾਂ, ਕਿਸਾਨਾਂ ਅਤੇ ਦਲਿਤ ਵਰਗ ਦੇ ਪਛੜੇ ਲੋਕਾਂ ਦੇ ਲਈ ਲਿਖਿਆ ਹੈ। ਉਦਾਸੀ ਸਾਹਿਬ ਦੀ ਜ਼ਿੰਦਗੀ ਬਹੁਤ ਸੰਘਰਸ਼ ਭਰੀ ਬੀਤੀ ਹੈ। ਉਦਾਸੀ ਸਾਹਿਬ ਦੀਆਂ ਰਚਨਾਵਾਂ ਵਿੱਚ ਦਰਦ, ਜੋਸ਼ ਅਤੇ ਹਿੰਮਤ ਸੀ। ਸੰਤ ਰਾਮ ਉਦਾਸੀ ਦਾ ਜਨਮ 20 ਅਪ੍ਰੈਲ 1939 ਨੂੰ ਪਿੰਡ ਰਾਏ ਸਰ ਜ਼ਿਲ੍ਹਾ ਬਰਨਾਲਾ ਵਿੱਚ ਹੋਇਆ। ਉਦਾਸੀ ਸਾਹਿਬ ਦਾ ਜਨਮ ਸਮੇਂ ਹੇਠਲੀ ਵਰਗ ਦੀਆਂ ਜਾਤਾਂ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਸੀ। ਉਹਨਾਂ ਨਾਲ ਬੈਠਣਾ ਉੱਠਣਾ ਨਹੀਂ ਪਸੰਦ ਕੀਤਾ ਜਾਂਦਾ ਸੀ। ਸੰਤ ਰਾਮ ਉਦਾਸੀ ਨੇ ਆਪਣੀ ਗਰੀਬੀ ਵਿੱਚ ਵੀ ਆਪਣੀ ਪੜ੍ਹਾਈ ਜਾਰੀ ਰੱਖੀ। ਉਹਨਾਂ ਦੀ ਜਾਤੀ ਦੇ ਮੁੰਡੇ ਸੀਰੀ ਰਲਣ ਤੋਂ ਬਗੈਰ ਕੁਝ ਹੋਰ ਸੋਚ ਵੀ ਨਹੀਂ ਸਕਦੇ ਸਨ, ਪਰ ਉਦਾਸੀ ਸਾਹਿਬ ਨੂੰ 1947 ਵੰਡ ਤੋਂ ਬਾਅਦ ਅੱਗੇ ਵਧਣ ਅਤੇ ਪੜ੍ਹਨ ਦਾ ਮੌਕਾ ਮਿਲ ਗਿਆ। ਜਾਤੀਵਾਦ ਦੇ ਕੋੜ ਨੂੰ ਖਤਮ ਕਰਨ ਦੇ ਲਈ ਉਦਾਸੀ ਸਾਹਿਬ ਨੇ ਕਲਮ ਦਾ ਸਹਾਰਾ ਲਿਆ ਅਤੇ ਗੀਤ, ਕਵਿਤਾਵਾਂ, ਰਚਨਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਸੰਨ 1964 ਤੋਂ 1968 ਤੱਕ ਉਦਾਸੀ ਸਾਹਿਬ ਨੇ ਵੱਖ ਵੱਖ ਦੇਸ਼ਾਂ ਦੇ ਕ੍ਰਾਂਤੀਕਾਰੀ ਲੇਖਕਾਂ ਨੂੰ ਪੜ੍ਹਿਆ। 1971 ਨੂੰ ਸਾਹਿਤ ਸਭਾ ਨਕੋਦਰ ਵੱਲੋਂ ਪੰਜਾਬ ਭਰ ਦਾ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਉਦਾਸੀ ਸਾਹਿਬ ਦਾ ਨਾਮ ਸਭ ਦੇ ਸਾਹਮਣੇ ਉੱਭਰ ਕੇ ਆਇਆ। ਬਾਅਦ ਵਿੱਚ ਇੰਡੀਆ ਦੇ ਕਿਸੇ ਗਰੁੱਪ ਦੇ ਸੱਦੇ 'ਤੇ ਉਦਾਸੀ ਸਾਹਿਬ ਕੈਨੇਡਾ ਲਈ ਰਵਾਨਾ ਹੋਏ। ਉਸ ਸਮੇਂ ਉਦਾਸੀ ਸਾਹਿਬ ਨੇ ਕੈਨੇਡਾ ਵਿੱਚ ਵੱਖ ਵੱਖ ਥਾਵਾਂ 'ਤੇ ਆਪਣੇ ਪ੍ਰੋਗਰਾਮ ਕੀਤੇ। ਕੈਨੇਡਾ ਵਿੱਚ ਉਸ ਸਮੇਂ ਖੇਤ ਮਜ਼ਦੂਰਾਂ ਦੀ ਯੂਨੀਅਨ ਨੂੰ ਜਥੇਬੰਦ ਕਰਨ ਦੀ ਲਹਿਰ ਚੱਲ ਰਹੀ ਸੀ। ਇਸ ਜਥੇਬੰਦੀ ਬਾਰੇ, ਇਸ ਲਹਿਰ ਬਾਰੇ ਪ੍ਰਸਿੱਧ ਡਾਕੂਮੈਂਟਰੀ ਆਨੰਦ ਵਰਧਨ ਨੇ ਇੱਕ ਫਿਲਮ ਵੀ ਬਣਾਈ, ਉੱਠਣ ਦਾ ਵੇਲਾ, ਜੋ ਕਿ ਸੰਤ ਰਾਮ ਉਦਾਸੀ ਜੀ ਦੇ ਗੀਤ ਉੱਠਣ ਦਾ ਵੇਲਾ 'ਤੇ ਆਧਾਰਿਤ ਹੈ। ਦੋਸਤੋ, ਸੰਤ ਰਾਮ ਉਦਾਸੀ ਦੀ ਗ੍ਰਿਫਤਾਰੀ 11 ਨਵੰਬਰ 1971 ਨੂੰ ਬਹਾਦਰ ਸਿੰਘ ਵਾਲਾ ਦੀ ਪੁਲਿਸ ਦੇ ਸਪੈਸ਼ਲ ਸਟਾਫ ਨੇ ਕੀਤੀ। ਜੇਕਰ ਉਦਾਸੀ ਸਾਹਿਬ ਦੀਆਂ ਕੁਝ ਮਸ਼ਹੂਰ ਰਚਨਾਵਾਂ ਦੀ ਗੱਲ ਕਰੀਏ, ਜਿਵੇਂ ਲਹੂ ਭਿੱਜੇ ਬੋਲ, ਚੋ ਨੁਕਰੀਆਂ ਸਿੱਖਾਂ, ਸੈਨਤਾਂ, ਕੰਮੀਆਂ ਦਾ ਵਿਹੜਾ, ਅਤੇ ਕਈ ਪ੍ਰਸਿੱਧ ਗੀਤ ਵੀ ਗਾਏ ਹਨ ਜੋ ਲੋਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੇ ਆ ਰਹੇ ਹਨ। ਸੰਤ ਰਾਮ ਉਦਾਸੀ ਸਾਹਿਬ ਹਜ਼ੂਰ ਸਾਹਿਬ ਵਿਖੇ ਹੋਏ ਕਵੀ ਦਰਬਾਰ ਤੋਂ ਵਾਪਸ ਆਉਂਦੇ ਹੋਏ 6 ਨਵੰਬਰ 1986 ਨੂੰ ਰਸਤੇ ਵਿੱਚ ਰੇਲ ਗੱਡੀ ਵਿੱਚ ਹੀ ਆਖਰੀ ਸਾਹ ਲੈ ਗਏ। ਉਹਨਾਂ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ 3 ਦਿਨ ਬਾਅਦ ਮਿਲੀ। ਉਦਾਸੀ ਜੀ ਭਾਵੇਂ ਜਿਸਮਾਨੀ ਤੌਰ 'ਤੇ ਜੱਗ ਤੋਂ ਰੁਖਸਤ ਹੋ ਗਏ, ਪਰ ਆਪਣੀਆਂ ਲਿਖਤਾਂ ਰਾਹੀਂ ਅੱਜ ਵੀ ਜ਼ਿੰਦਾ ਹਨ ਅਤੇ ਚੇਤਨਾ ਪੈਦਾ ਕਰਦੇ ਆ ਰਹੇ ਹਨ। ਦੋਸਤੋ, ਇਹ ਸੀ ਉਦਾਸੀ ਜੀ ਦੀ ਜੀਵਨੀ ਬਾਰੇ ਭਰਪੂਰ ਜਾਣਕਾਰੀ। ਤੁਹਾਨੂੰ ਕੋਈ ਵੀ ਜਾਣਕਾਰੀ ਹਾਸਲ ਹੋਵੇ ਜਾਂ ਉਹਨਾਂ ਬਾਰੇ ਕੋਈ ਤੁਸੀਂ ਕਮੈਂਟ ਪੇਸ਼ ਕਰਨਾ ਚਾਹੁੰਦੇ ਹੋਵੋ ਤਾਂ ਪੰਜਾਬੀ ਰੰਗ ਟੀਵੀ 'ਤੇ ਜ਼ਰੂਰ ਕਰਨਾ, ਅਤੇ ਪੰਜਾਬੀ ਰੰਗ ਟੀਵੀ ਦੇ ਅਨੇਕਾਂ ਹੋਰ ਰੰਗ ਮਾਨਣ ਲਈ ਪੰਜਾਬੀ ਰੰਗ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।